ਹੈ। ਕਬੱਡੀ ਦਾ ਮਹਾਨ ਖਿਡਾਰੀ ਡਾਗੋਰ ਮਣ ਦੀ ਧਰਤੀ ਦਾ ਸਤਨਾਮ, ਜਿਹਨੂੰ ਕਹਿੰਦੇ ਮਹੀਆਂ ਵਾਲੇ ਦੇ ਕਬੱਡੀ ਕੱਪ ਦੇ ਉੱਪਰ ਮੋਟਰਸਾਈਕਲ ਦਿੱਤਾ ਜਾਣਾ ਹੈ, ਉਸ ਖਿਡਾਰੀ ਵੀਰ ਦਾ ਵੀਰ ਵੀ ਵਿਸ਼ੇ ਤੌਰ ਤੇ ਪੁੱਜਿਆ ਹੋਇਆ ਹੈ। ਆਪਾਂ ਧੰਨਵਾਦ ਕਰਦੇ ਹਾਂ ਰੱਬ ਰੂਪੀ ਦਰਸ਼ਕਾਂ ਦਾ, ਸਾਡੇ ਸਤਿਕਾਰਯੋਗ ਖਿਡਾਰੀਆਂ ਦਾ। ਇਸ ਏਰੀਏ ਵਿੱਚ ਜੇ ਮੇਲਿਆਂ ਦੀ ਗੱਲ ਕਰੀਏ, ਕਬੱਡੀ ਦਾ ਟਾਪ ਦਾ ਕੱਪ, ਕਹਿੰਦੇ ਵੀ 30 ਤੇ 31 ਅਗਸਤ ਨੂੰ ਧੰਨਾ ਸ਼ਹੀਦ ਦੀ ਧਰਤੀ ਤੇ ਆਪਾਂ ਦੇਖਦੇ ਹਾਂ। ਔਰ ਹੁਣ ਜਿਹੜੀ ਤਰੀਕ ਆ ਮਾਸ਼ਕੀ ਬੁਗਰੇ ਵਾਲੇ ਨੇ ਲੀਕ ਦਿੱਤੀ ਹੈ, 19 ਤੇ 20 ਤਰੀਕ ਨੂੰ ਜਿਹੜੀਆਂ ਗੱਲਾਂ ਹੋਣਗੀਆਂ, ਪੰਜਾਬ ਭਰ ਦੇ ਖਿਡਾਰੀ ਜਿਹੜੇ ਮਾਛੀ ਬੁਗਰੇ ਦੀ ਧਰਤੀ ਤੇ ਖੇਡਦੇ ਹੈ ਤੇ ਪੰਜਾਬ ਭਰ ਦੇ ਜਿਹੜੇ ਖਿਡਾਰੀ ਹੈ ਉਹ ਧੰਨਾ ਸ਼ਹੀਦ ਦੀ ਧਰਤੀ ਤੇ ਆਏ ਸਾਲ ਆਪਾਂ ਨਜ਼ਾਰੇ ਤੱਕਦੇ ਹਾਂ। ਔਰ ਇਹ ਮੈਚ ਵਕੀਲਾਂ ਵਾਲਾ ਤੇ ਲੱਲਿਆਂ ਦੇ ਦਰਮਿਆਨ ਸ਼ੁਰੂ ਹੋਣ ਜਾ ਰਿਹਾ ਹੈ। ਬਾਈ ਜਸਵਿੰਦਰ ਸਰਾ ਇੱਥੇ ਆਵਾਜ਼ ਸੁਣਦਾ ਵੇ, ਜਸਵਿੰਦਰ ਸਰਾ ਜੱਸੀ ਬਾਈ ਪਲੀਜ਼ ਕਮੇਟੀ ਨਾਲ ਕੰਟੈਕਟ ਕਰੇ। ਬਾਈ ਟੀਮ ਕਿਹੜੀ ਜੇਤੂ? ਇਹ ਤੋਂ ਪਹਿਲਾਂ ਚੰਦੜ ਜੇਤੂ ਜੀ ਚੰਦੜ। ਔਰ ਇਸ ਤੋਂ ਮੈਚ ਕਬੱਡੀ ਦਾ ਖੇਡਿਆ ਜਾਣਾ ਹੈ। ਬੇਨਤੀ ਕਰਾਂਗਾ ਬਾਬਾ ਗੋਬਿੰਦ ਦਾਸ ਵਕੀਲਾਂ ਵਾਲਾ ਤੇ ਧੂੜਕੋਟ ਜੀ, ਦੋਵੇਂ ਟੀਮਾਂ ਜਲਦੀ ਨਾਲ ਗਰਾਊਂਡ ਦੇ ਵਿੱਚ ਪੁੱਜ ਜਾਣ। ਧੂੜਕੋਟ ਵਰਸਿਜ ਬਾਬਾ ਗੋਬਿੰਦ ਦਾਸ ਕਬੱਡੀ ਕਲੱਬ ਵਕੀਲਾਂ ਵਾਲਾ, ਦੋਵੇਂ ਜਿਹੜੇ ਟੀਮਾਂ ਦੇ ਖਿਡਾਰੀ ਵੀ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪੁੱਜਣ। ਇੱਕ ਬੰਨੇ ਮੇਜ਼ਬਾਨ ਪਿੰਡ ਦੀ ਟੀਮ ਹੈ, ਲੱਲਿਆਂ ਦੀ ਟੀਮ ਜਿਹੜੀ ਹੋ ਚੁੱਕੀ ਹੈ ਮਾਛੀ ਬੁਗਰੇ ਵਾਲੀ ਸਾਈਡ ਤੇ, ਵਕੀਲਾਂ ਵਾਲੀ ਦੀ ਟੀਮ ਜਿਹੜੀ ਉਹ ਲੱਲਿਆਂ ਵਾਲੀ ਸਾਈਡ ਹੈ। ਅੱਜ ਮਾਣ ਸਨਮਾਨ ਹੋਣੇ ਹੈ ਇਸ ਨਗਰ ਦੇ ਮਹਾਨ ਖਿਡਾਰੀ ਬਲਦੇਵ ਸਿੰਘ ਜੀ ਨਾਧਾ ਲੱਲਿਆਂ ਵਾਲਾ, ਡਿਸਕਵਰ ਜਿਹੜਾ ਮੋਟਰਸਾਈਕਲ ਦਿੱਤਾ ਜਾਣਾ ਹੈ। ਜੱਗਾ ਸਰਾਂ ਜੀ ਕਨੇਡਾ, ਸਰਦਾਰ ਨਰਿੰਦਰ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਡਿਸਕਵਰ ਜਿਹੜਾ ਮੋਟਰਸਾਈਕਲ ਦੇ ਕੇ ਸਨਮਾਨ ਦਿੱਤੇ ਜਾਣਗੇ। ਕਬੱਡੀ ਦਾ ਮੈਚ ਸ਼ੁਰੂ ਕਰਵਾ ਦਿੱਤਾ ਜਾਵੇ ਜੀ ਜਲਦੀ ਨਾਲ। ਧੂੜਕੋਟ ਦੇ ਵਕੀਲਾਂ ਵਾਲਾ ਬਾਬਾ ਗੋਬਿੰਦ ਦਾਸ ਕਬੱਡੀ ਕਲੱਬ, ਇਸ ਤੋਂ ਅਗਲੇ ਮੈਚ ਦੀਆਂ ਟੀਮਾਂ ਹੈ। ਉਸ ਤੋਂ ਬਾਅਦ ਮਹਿਣਾ ਤੇ ਬਾਬਾ ਜਲਾਲ ਸ਼ਾਹ ਕਬੱਡੀ ਕਲੱਬ, ਇਹ ਵੀ ਟੀਮਾਂ ਜਿਹੜੀਆਂ ਦੂਸਰੇ ਰਾਉਂਡ ਦੇ ਲਾਸਟ ਮੈਚ ਲਈ ਤਿਆਰ ਰਹਿਣਗੀਆਂ। ਮੈਚ ਬਹੁਤ ਹੀ ਤਕੜਾ ਹੈ। ਇੱਕ ਬੰਨੇ ਵਕੀਲਾਂ ਵਾਲੇ ਦਾ ਸੁੱਖਾ ਦੁਨੀਆ ਦਾ ਸੁਪਰ ਸਟਾਰ ਖਿਡਾਰੀ ਹੈ, ਇਹ ਵੀ ਧੰਨੇ ਸ਼ਹੀਦ ਦੇ ਕਬੱਡੀ ਕੱਪ ਦਾ ਬੈਸਟ ਯਾਫੀ ਡਿਕਲੇਅਰ ਕੀਤਾ ਗਿਆ ਨੌਜਵਾਨ ਗੱਭਰੂ। ਔਰ ਮੈਂ ਦੇਖਦਾ ਵੀ ਵਿਸ਼ੇ ਤੌਰ ਤੇ ਜਿੱਥੇ ਜ਼ਿੰਦਗੀ ਦੇ ਸਤਿਕਾਰਯੋਗ ਮਿੱਤਰ ਜਗਦੇਵ ਸਿੰਘ ਜੀ ਕਾਲਾ ਤੇ ਸਰਦਾਰ ਮੋਹਨ ਸਿੰਘ ਹੋਰੀ ਕਬੱਡੀ ਦੇ ਬਹੁਤ ਤਕੜੇ ਦੀਵਾਨੇ ਨੇ, ਆਸ਼ਕ ਨੇ, ਆਹ ਨੌਜਵਾਨਾਂ ਪਾ ਕਬੱਡੀ ਗੋਲ ਜਿਹਾ ਦਾਇਰਾ ਵਿੱਚ ਹੰਦੇ ਦੋ ਦਿਸਦੇ ਤੇ ਚੜ ਜਾਂਦਾ ਚਾਹ ਜਦੋਂ ਖਿਡਾਰੀ ਵਿੱਚ ਦਿਸਦੇ, ਜਾਮਾ ਬਲਿਹਾਰੇ ਜੀ ਨੇ ਕਾਢੇ ਦੀ ਕੱਢੀ ਕਿ ਖੇਡਣੀ ਕਬੱਡੀ ਯਾਰੋ ਖੇਡਣੀ ਕਬੱਡੀ। ਲਾਓ ਉਧਰਲੇ ਬੰਨੇ ਪਹਿਲੀ ਜਿਹੜੀ ਕਬੱਡੀ ਹੈ ਲੱਲਿਆਂ ਦੀ ਤਰਫੋਂ ਪੈ ਚੁੱਕੀ ਹੈ, ਦੂਸਰੇ ਬੰਨੇ ਸੂਬਾ ਸਿੰਘ ਦਾ ਨਾਮ ਵੱਡਾ ਹੈ ਜਿਸ ਧਰਤੀ ਦੇ ਮੱਲ ਨੇ ਧੁੰਮਾਂ ਪਾਈਆਂ ਕੌਡੀ ਵਿੱਚ ਤੇ ਪਹਿਲੀ ਕਬੱਡੀ ਤੇ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ। ਬਹੁਤ ਹੀ ਸੋਹਣਾ ਪੁਆਇੰਟ ਲੱਲਿਆਂ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ। ਬਾਪੂ ਨਰ ਸਿੰਘ ਦਾ ਪੋਤਾ ਸਰਦਾਰ ਅਮਰਜੀਤ ਸਿੰਘ ਦਾ ਪੁੱਤ ਕਬੱਡੀ ਪਾਉਣ ਲਈ ਵਾਧਾ ਹੋਇਆ, ਜਿਸਦੇ ਵੀਰ ਨੇ ਕਬੱਡੀ ਵਿੱਚ ਦੁਨੀਆ ਮਨਾਈ ਹੈ। ਭਾਵੇਂ ਕਹਿੰਦੇ ਵੀ ਮਾਛੀ ਬੁਗਰੇ ਦੇ ਕਬੱਡੀ ਕੱਪ ਦਾ ਬੈਸਟ, ਕਹਿੰਦੇ ਵੀ ਧਾਵੀ ਡਿਕਲੇਅਰ ਕੀਤਾ ਗਿਆ ਸਤਨਾਮ ਡਗੁਰਮਣ ਦੀ ਧਰਤੀ ਦਾ, ਉਹਦਾ ਵੀਰ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਵਿੱਚ। ਚੱਲ ਵੀ ਨੌਜਵਾਨਾਂ ਕੌਣ ਕਿੰਨੀਆਂ ਕੌਡੀਆਂ ਪਾਉਂਦਾ, ਕੌਣ ਕਿੰਨੇ ਜੱਫੇ ਲਾਉਂਦਾ, ਏ ਸਾਹਮਣੇ ਮੈਂ ਦੇਖਦਾ ਵੱਧ ਜਾਂਦਾ ਖੂਨ ਜਦੋਂ ਆਰਟੀਕਲਾਂ ਵਿੱਚ ਨਾ ਇਹਨਾਂ ਦਾ ਆਉਂਦਾ ਏ ਆਰਟੀਕਲ ਲੱਗਦੇ ਹੈ ਵੀ ਕਿੰਨੇ ਕਿੰਨੇ ਜੱਫੇ ਲਾਏ ਹੈ। ਇਧਰਲੇ ਬੰਨੇ ਸੁੱਖਾ ਵਕੀਲਾਂ ਦੀ ਧਰਤੀ ਦਾ ਨੌਜਵਾਨ ਗੱਭਰੂ, ਇੱਕ ਸੁੱਖਾ ਪੰਡਾਲ ਦੋਨੇ ਦਾ, ਇੱਕ ਇਹ ਨੌਜਵਾਨ ਹੈ। ਉਧਰਲੇ ਬੰਨੇ ਦੇਖਦੇ ਵੀ ਇੱਕ ਬੰਨੇ ਨਿਆਣੀ ਜੀ ਉਮਰ ਹੈ, ਕੋਈ ਵਾਧਾ ਤਜਰਬਾ ਨਹੀਂ ਕਬੱਡੀ ਦਾ, ਇੱਕ ਬੰਨੇ ਤਜਰਬੇਕਾਰ ਖਿਡਾਰੀ ਹੈ ਖੇਡ ਮੈਦਾਨ ਵਿੱਚ। ਅਸੀਂ ਤਜਰਬੇਕਾਰ ਸੋਹਣੀਏ
ਸਾਥੋਂ ਸਿੱਖ ਲੈ ਵੱਲ ਤੇਰੀ ਕੌਡੀ ਦੀ ਸੋਹਣਿਆ ਛਿੜਦੀ ਭੱਠੀ ਤੇ ਗੱਲ ਭਾਂਗਰ ਪਿੰਡ ਹੈ ਪਿਤਾ ਨੇ ਕੌਡੀ ਬਹੁਤ ਤਕੜੀ ਖੇਡੀ ਹੈ ਉਧਰਲੇ ਬੰਨੇ ਜਿਹੜੀ ਨੌਜਵਾਨ ਕੁਲਦੀਪ ਭਾਂਗਰ ਪਿੰਡ ਦੀ ਧਰਤੀ ਦਾ ਕਬੱਡੀ ਪਾਉਂਦਾ ਹੋਇਆ ਇੱਕ ਕੁਲਦੀਪ ਬਾਬਾ ਸ਼ੂਸ਼ਕ ਦੀ ਧਰਤੀ ਦਾ ਮਸ਼ਹੂਰ ਖਿਡਾਰੀ ਹੈ ਤੇ ਨਾਲ ਆਪਣੇ ਸਮੇਂ ਦਾ ਇੱਕ ਸੀ ਬਾਬਾ ਗਾਂਧੀ ਜਿਹਦੀ ਵਿੱਚ ਰੇਡਾਂ ਦੇ ਚਾਂਦੀ ਖਾਰੇ ਪਿੰਡ ਤੋਂ ਵਿਸ਼ੇਸ਼ ਤੌਰ ਤੇ ਪੁੱਜਿਆ ਹੋਇਆ ਨਾਲ ਜਗਦੀਪ ਬਰਾੜ ਜੀ ਉਧਰਲੇ ਬੰਨੇ ਰਣਜੀਤ ਦਾਲੀ ਜੀ ਜਿੰਦ ਸਲਿਆਣੀ ਜੀ ਰਪਿੰਦਰ ਸਲਿਆਣੀ ਆਪਾਂ ਸਾਰਿਆਂ ਦਾ ਧੰਨਵਾਦ ਕਰਾਂਗੇ ਟੀਮਾਂ ਮੇਰੀ ਬੇਨਤੀ ਧੂੜਕੋਟ ਦੇ ਵਕੀਲਾਂ ਵਾਲਾ ਜੀ ਦੋਵੇਂ ਗਰਾਂਡਾਂ ਦੇ ਵੱਲ ਆ ਜਾਣ ਹੱਥ ਬੰਨ ਬੇਨਤੀ ਇਹਨਾਂ ਟੀਮਾਂ ਨੂੰ ਲਾਇਕਵਾਨੇ ਮਹਿੰਦਰ ਸਿੰਘ ਜੀ ਬੋਪਾ ਰਾਏ ਦਾ ਪੁੱਤ ਹੈ ਇੱਕ ਅਠੂਰ ਕੀਪਾ ਬਦਵੀ ਦਾ ਛਾ ਗਿਆ ਕਿ ਤੀਜੀ ਕੌਡੀ ਮਿਸ ਬੋਪਾ ਰਾਏ ਸ਼ੀਰਾ ਪਾ ਗਿਆ ਅਰ ਜਦੋਂ ਧੁੱਬਾ ਪਾਈਆਂ ਦੁਸ਼ਮੇਸ਼ ਕਬੱਡੀ ਕਲੱਬ ਕੈਲਗਰੀ ਦੇ ਲਈ ਖੇਡ ਕੇ ਕੈਨੇਡਾ ਦੇ ਖੇਡ ਮੈਦਾਨਾਂ ਵਿੱਚ ਮਾਣ ਕਰਦਾ ਹੈ ਜਲੰਧਰ ਸਿੱਧੂ ਮੇਜਰ ਕਲੂਰ ਕਰਮਪਾਲ ਲੰਡੇ ਕੇ ਨੌਜਵਾਨ ਦੇਖਦੇ ਵੀ ਬਾਪੂ ਨਰ ਸਿੰਘ ਘੋੜਿਆਂ ਤੇ ਕਬੂਤਰਾਂ ਦਾ ਬਹੁਤ ਵੱਡਾ ਆਸ਼ਕ ਹੈ ਬਹੁਤ ਵੱਡਾ ਦੀਵਾਨਾ ਹੈ ਦੋ ਵੀਰ ਕਬੱਡੀ ਖੇਡਦੇ ਨੇ ਕਹਿੰਦੇ ਦੋ ਹੀ ਨੌਜਵਾਨ ਕਹਿੰਦੇ ਵੀ ਜਿਵੇਂ ਆਹ ਗੱਭਰੂ ਕੌਡੀ ਖੇਡਦੇ ਹੈ ਤੇ ਦੋ ਹੀ ਹਰਦਾਸੇ ਦੇ ਨੌਜਵਾਨ ਕੌਡੀ ਖੇਡਦੇ ਹੈ ਚੱਲ ਵੀ ਨੌਜਵਾਨਾਂ ਜੋੜੀਆਂ ਜਗ ਥੋੜੀਆਂ ਗੱਲ ਨਡਰ ਬਥੇਰੇ ਉਧਰਲੇ ਬੰਨੇ ਹਰਦਿਆਲ ਹਰਦਾਸੇ ਵਾਲਾ ਤੇ ਮੇਰਾ ਵੀਰ ਲਾਡਾ ਹਰਦਾਸੇ ਦਾ ਉਹ ਵੀ ਵੀਰ ਦੋ ਕੌਡੀ ਖੇਡਦੇ ਨੇ ਉਧਰਲੇ ਬੰਨੇ ਤਿੰਨ ਅਠੂਰ ਦੇ ਖੇਡਦੇ ਨੇ ਖੇਡ ਮੈਦਾਨ ਵਿੱਚ ਦੇਖੀਏ ਵੀ ਦੋ ਸੁਰਖਪੁਰੀਏ ਬੜੇ ਮਸ਼ਹੂਰ ਖਿਡਾਰੀ ਹੈ ਹੈਲੋ ਔਰ ਇਸੇ ਤਰ੍ਹਾਂ ਗੁਰਲਾਲ ਸਰਾਂ ਵੱਲੋਂ ਗੀਤੇ ਕੋਟ ਕਰੋੜ ਦਾ ਵਿਸ਼ੇਸ਼ ਤੌਰ ਤੇ ਮਾਣ ਸਨਮਾਨ ਹੋਵੇਗਾ ਔਰ ਬੱਬੂ ਸਰਾਂ ਵੱਲੋਂ ਮੱਟ ਦਾ ਵਿਸ਼ੇਸ਼ ਤੌਰ ਤੇ ਮਾਣ ਸਨਮਾਨ ਹੋਵੇਗਾ ਔਰ ਇਹਨਾਂ ਵੀਰਾਂ ਵੱਲੋਂ ਜਿਹੜਾ ਗੀਤੇ ਵੱਲੋਂ ਤੇ ਮੱਟ ਵੱਲੋਂ ਸਾਡੇ ਉੱਗੇ ਖੇਡ ਪ੍ਰਮੋਟਰ ਹੀਰੇ ਪਿੰਡਰ ਦਾ ਵਿਸ਼ੇਸ਼ ਤੌਰ ਤੇ ਮਾਣ ਸਨਮਾਨ ਹੋਵੇਗਾ ਮਾਈਕ ਓਵਰ ਟੂ ਗਰਾਊਂਡ ਜੀ ਨਾਲ ਹੀ ਜਿਹੜੀ 4 ਤੇ 5 ਤਰੀਕ ਹੈ ਉਹ ਮਹੀਆਂ ਵਾਲੇ ਦੇ ਕਬੱਡੀ ਕੱਪ ਦੀ ਹੈ ਜਿੱਥੇ 71,000 ਰੁਪਇਆ ਨਾਲ ਪਲੱਸ ਮੋਟਰਸਾਈਕਲ ਦਿੱਤੇ ਜਾਣਗੇ 6 ਤੇ 7 ਤਰੀਕ ਜਿਹੜੀ ਮਨਾਵੇ ਦੇ ਕਬੱਡੀ ਕੱਪ ਦੀ ਹੈ ਜਿੱਥੇ 41,000 ਤੇ 51,000 ਪਲੱਸ ਫਰਿੱਜਾਂ ਦਿੱਤੀਆਂ ਜਾਣਗੀਆਂ 8 ਤਰੀਕ ਮੇਰੇ ਪਿੰਡ ਉਮਰੀਆਣੇ ਦੀ ਹੈ ਜਿੱਥੇ ਪਹਿਲਾਂ ਬਲਕਾਰ ਨਖੀਲਾ ਤੇ ਮਨਿੰਦਰ ਗੋਸ਼ਣ ਦਾ ਖੁੱਲ੍ਹਾ ਅਖਾੜਾ ਹੈ ਫਿਰ ਕਬੱਡੀ ਦਾ ਟੂਰਨਾਮੈਂਟ ਹੋਵੇਗਾ 12 ਵਜੇ ਤੱਕ ਆਉਣ ਵਾਲੀਆਂ ਟੀਮਾਂ ਐਂਟਰ ਕੀਤੀਆਂ ਜਾਣਗੀਆਂ 41,000 ਤੇ 31,000 ਪਲੱਸ ਜਿਹੜੇ ਟੀਵੀ ਦਿੱਤੇ ਜਾਣਗੇ ਤੇ ਟੀਮਾਂ ਨੂੰ ਖੁੱਲ੍ਹਾ ਕਰਾਇਆ ਦਿੱਤਾ ਜਾਵੇਗਾ ਇੱਕ ਬੰਨੇ ਬਾਪੂ ਨਰ ਸਿੰਘ ਦਾ ਪੋਤਾ ਲੋਕੀ ਇੰਦਾ ਕਹਿੰਦੇ ਆ ਕਬੱਡੀ ਜਗਤ ਵਿੱਚ ਤੇ ਪੂਰਾ ਨਾਮ ਧਰਮਿੰਦਰ ਸਿੰਘ ਹੈ ਇਸ ਖਿਡਾਰੀ ਦਾ ਚੱਲ ਵੀ ਨੌਜਵਾਨਾਂ ਆ ਕਬੱਡੀ ਖੇਡ ਮੈਦਾਨ ਵਿੱਚ 66 ਵਜੇ ਸਰੀਰ ਦੇ ਗੱਭਰੂ ਦੀ ਪਾਈ ਹੋਈ ਕਬੱਡੀ ਹੈ ਕਹਿੰਦੇ ਵੀ ਅੰਗਾਂ ਦਾ ਪਤਲਾ ਪਰ ਫੁਰਤੀਲਾ ਬਹੁਤ ਹੈ ਖੇਡ ਕਬੱਡੀ ਫੁਰਤੀ ਦੀ ਕੰਮ ਭਿੜਨਾ ਝੋਟੇ ਦਾ ਕਿ ਜੀਦਾਰੇ ਦੀ ਕੁਸ਼ਤੀ ਪੱਕਾ ਸਾਧ ਲੰਗੋਟੇ ਦਾ ਖੇਡ ਮੈਦਾਨ ਵਿੱਚ ਪਰ 4 ਜਿਹੜੇ ਜਾਫੀ ਖੜੇ ਨੇ ਅਸਮਾਨ ਨੂੰ ਛੂਣ ਵਾਲੀ ਗੱਲ ਹੈ ਨੌਜਵਾਨਾਂ ਕਿਉਂਕਿ ਦੁਨੀਆ ਮਨਾਈਆਂ ਖੇਡ ਕਬੱਡੀ ਬੁੱਕ ਦਾ ਕਹਿੰਦੇ ਜਿਵੇਂ ਸ਼ੇਰ ਬੁੱਕੇ ਮੇਲੇ ਵਿੱਚ ਮਿਲ ਗਈ ਸੀ ਅਲਟੋ ਕਰਜੀ ਨੂੰ 5 ਗਰਾਈ ਦੇ ਮੇਲੇ ਵਿੱਚ ਗੱਡੀਆਂ ਤੇ ਬੁਲਟ ਮਿਲੇ ਭਾਜੋ ਨੌਜਵਾਨਾਂ ਬਹੁਤ ਹੀ ਸੋਹਣਾ ਮੁਕਾਬਲਾ ਕਬੱਡੀ ਦਾ ਕੋਈ ਗੱਲ ਨਹੀਂ ਨੌਜਵਾਨਾਂ ਮਾੜਾ ਖੇਡ ਕੇ ਖਿਡਾਰੀ ਹੁੰਦਾ ਤਕੜਾ ਤੇ ਤਕੜਾ ਨਹੀਂ ਕੋਈ ਸਿੱਧਾ ਜੰਮ ਸਕਦਾ ਰਾਤੋ ਰਾਤ ਜਿਹੜਾ ਬਾਨੋ ਫਿਰੇ ਸਟਾਰ ਉਹ ਬੰਦਾ ਰਹਿੰਦਾ ਨਹੀਂ ਕਿਸੇ ਕੰਮ ਦਾ ਤੇ ਲੀਲਾ ਵਾਲਾ ਮੋਹਣਾ ਗੱਲਾਂ ਸੱਚ ਲਿਖਦਾ ਤੇ ਹੌਲੀ ਹੌਲੀ ਬੰਦਾ ਪੌੜੀ ਚੜ੍ਹਨੀ ਸਿੱਖਦਾ ਵਕੀਲਾਂ ਵਾਲੇ ਦੀ ਟੀਮ ਗਰਾਊਂਡ ਦੇ ਵਿੱਚ ਆ ਜਾਵੇ ਬਾਬਾ ਗੋਬਿੰਦਾ ਸਿੰਘ ਬੜੀ ਵਾਲਾ ਵਕੀਲਾਂ ਵਾਲਾ ਤੇ ਬੇਨਤੀ ਹੈ ਜੀ ਧੂੜਕੋਟ ਉਸ ਤੋਂ ਬਾਅਦ ਬਾਬਾ ਸ਼ਾਹ ਜਲਾਲ ਕਬੱਡੀ ਕਲੱਬ ਮਹਿਣੇ ਦੀਆਂ ਟੀਮਾਂ ਔਰ ਦੋਵੇਂ ਟੀਮਾਂ ਇਸ ਨਗਰ ਦੀ ਟੀਮ ਖੇਡ ਰਹੀ ਹੈ ਤੇ ਦੂਸਰੀ ਟੀਮ ਨੇ ਗਰਾਊਂਡ ਦੇ ਵਿੱਚ ਪੁੱਜਣਾ ਹੈ ਔਰ ਵਕੀਲਾਂ ਵਾਲਾ ਪੁੱਜ ਗਿਆ ਧੂੜਕੋਟ ਨਾਲ ਹੀ ਮੇਰਾ ਵੀਰ ਕੁਲਵਿੰਦਰ ਸਿੰਘ ਜੀ ਕਾਲਾ ਬੋਤੀਆਂ ਵਾਲਾ ਉਹ ਵੀ ਵੀਰ ਵਿਸ਼ੇ ਤੌਰ ਤੇ ਪੁੱਜਿਆ ਹੋਇਆ ਆਪਣੀ ਟੀਮ ਦੇ ਨਾਲ ਜਿਨ੍ਹਾਂ ਨੇ ਮੋਟਰਸਾਈਕਲ ਜਿਹੜਾ 16 ਤਰੀਕ ਨੂੰ ਦੇਣਾ ਹੈ
ਆ ਵੀ ਨੌਜਵਾਨਾਂ ਅੱਜ ਕਹਿੰਦੇ ਵੀ ਲੱਲਿਆਂ ਦੀ ਧਰਤੀ ਤੇ ਮਾਣ ਮਹਿਸੂਸ ਕਰਦਾ ਹੈ ਹਰੇ ਖਿਡਾਰੀ ਖੇਡ ਕੇ ਬਹੁਤ ਯੋਗਦਾਨ ਹੈ ਭਾਵੇਂ ਕੈਨੇਡਾ ਤੇ ਭਾਵੇਂ ਆਸਟ੍ਰੇਲੀਆ ਤੇ ਭਾਵੇਂ ਯੂਕੇ ਭਾਵੇਂ ਯੂਐਸਏ ਸਾਰੇ ਸਤਿਕਾਰਯੋਗ ਵੀਰ ਉਧਰਲੇ ਬੰਨੇ ਸਾਡੇ ਬਰਾੜ ਸਾਹਿਬ ਪੁੱਜੇ ਨੇ ਹਰ ਬਿੱਟੂ ਬਰਾੜ ਜੀ ਬਹੁਤ ਵੱਡੇ ਆਦਰ ਸਤਿਕਾਰ ਭੇਜਦੇ ਨੇ 100 ਰੁਪਇਆ 27 ਲਈ ਹੈ ਆਪਣੇ ਪਿੰਦੇ ਆ ਲੈ ਲਈ ਵੀਰ ਇਹ ਨੌਜਵਾਨ ਨੂੰ ਦੇ ਦਿਓ ਬਹੁਤ ਧੰਨਵਾਦ ਕਰਦੇ ਆ ਬਿੱਟੂ ਬਰਾੜ ਜੀ ਸਾਡੀ ਜ਼ਿੰਦਗੀ ਦੇ ਬਹੁਤ ਸਤਿਕਾਰਯੋਗ ਮਿੱਤਰ ਹੈ ਵੱਡਾ ਮਾਣ ਸਨਮਾਨ ਭੇਜਦੇ ਆ ਆਹ ਗੱਭਰੂ ਆ ਗਿਆ ਜਿਸ ਨੌਜਵਾਨ ਨੇ ਕਬੱਡੀ ਵਿੱਚ I20 ਗੱਡੀ ਜਿਹੜੀ ਦਿੱਤੀ ਗਈ ਹੈ ਨੌਜਵਾਨ ਖਿਡਾਰੀ ਨੂੰ ਆਪਾਂ ਉਸ ਵੀਰ ਦਾ ਬਹੁਤ ਵੱਡਾ ਧੰਨਵਾਦ ਕਰਾਂਗੇ ਹਰਦਿਆਲ ਹਰਦਾਸੇ ਦੀ ਧਰਤੀ ਦਾ ਹਰ ਵੀਰ ਪੁੱਜ ਚੁੱਕੇ ਹੈ ਖੇਡ ਮੈਦਾਨ ਵਿੱਚ ਹਰ ਇਸ ਮੈਚ ਦੀ ਜਿਹੜੀ ਜੇਤੂ ਟੀਮ ਹੈ ਵਕੀਲਾਂ ਵਾਲਾ ਜੇਤੂ ਆ ਜੀ ਨੋਟ ਕਰ ਲਓ ਦੋਵੇਂ ਜਿਹੜੀਆਂ ਟੀਮਾਂ ਪਾਸਾ ਮੰਨ ਲਓ ਤੇ ਕਬੱਡੀ ਦਾ ਮੈਚ ਖੇਡ ਮੈਦਾਨ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ ਇੱਕ ਬੰਨੇ ਧੂੜਕੋਟ ਦੀ ਟੀਮ ਹੈ ਦੂਸਰੇ ਬੰਨੇ ਤਕਾਂਗੇ ਬਾਬਾ ਗੋਬਿੰਦ ਦਾਸ ਕਬੱਡੀ ਕਲੱਬ ਵਕੀਲਾਂ ਵਾਲਾ ਔਰ ਬਾਬਾ ਜਲਾਲ ਸ਼ਾਹ ਜੀ ਕਬੱਡੀ ਕਲੱਬ ਲੱਲੇ ਵਰਸਜ ਮਹਿਣਾ ਇਹ ਵੀ ਟੀਮਾਂ ਜਿਹੜੀਆਂ ਅਗਲੇ ਮੈਚਾਂ ਲਈ ਖੇਡ ਮੈਦਾਨ ਦੇ ਵਿੱਚ ਤਿਆਰ ਹੋ ਕੇ ਪੁੱਜਣਗੀਆਂ ਫਿਰ ਆਪਾਂ ਕਰਾਵਾਂਗੇ ਤੀਸਰਾ ਰਾਊਂਡ ਕਬੱਡੀ ਦਾ ਸ਼ੁਰੂ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਪ੍ਰਵਾਸੀ ਭਰਾਵਾਂ ਦੇ ਭਰਾਵਾਂ ਪਰਿਵਾਰਾਂ ਦਾ ਜਿਨ੍ਹਾਂ ਨੇ ਬਹੁਤ ਵੱਡੇ ਯੋਗਦਾਨ ਇਸ ਕਬੱਡੀ ਟੂਰਨਾਮੈਂਟ ਲਈ ਭੇਜੇ ਹੈ ਪਰਮਾਤਮਾ ਕਰੇ ਦਿਨ ਦੁੱਗਣੀ ਰਾਤ ਚੌਗਣੀ ਵੀਰ ਤਰੱਕੀ ਕਰਨ ਇਸੇ ਤਰ੍ਹਾਂ ਹੀ ਕਬੱਡੀ ਦੇ ਮਾਣ ਜਿਹੜੇ ਵਧਾਉਂਦੇ ਰਹਿਣ ਮਾਣ ਬਖਸ਼ਦੇ ਰਹਿਣ ਕਬੱਡੀ ਨੂੰ ਹੈਲੋ ਮੈਂ ਬੇਨਤੀ ਕਰਾਂ ਜਿਹੜੇ ਵੀਰ ਦਰਸ਼ਕ ਦੇ ਨਾਲ ਖੜੇ ਨੇ ਦਰਸ਼ਕ ਵੀਰ ਜਾਲ ਦੇ ਨਾਲ ਖੜੇ ਨੇ ਉਹ ਜਿਹੜਾ ਜਾਲ ਤੁਸੀਂ ਧੱਕ ਕੇ ਇੱਧਰ ਨੂੰ ਲਿਆ ਰਹੇ ਹੋ ਇਹ ਮੇਰੀ ਬੇਨਤੀ ਆ ਵੀ ਥੋੜਾ ਥੋੜਾ ਪਿੱਛੇ ਹੋ ਜਾਓ ਬਹੁਤ ਵੱਡਾ ਪ੍ਰਬੰਧ ਕੀਤਾ ਹੋਇਆ ਸਾਡੇ ਪ੍ਰਬੰਧਕ ਵੀਰਾਂ ਨੇ ਔਰ ਵਧੀਆ ਤਰੀਕੇ ਦੇ ਨਾਲ ਆਪਾਂ ਮੈਚ ਦੇਖਣੇ ਆ ਜੋ ਮੈਚ ਹੈ ਬਹੁਤ ਵਧੀਆ ਮੈਚ ਖੇਡਿਆ ਜਾਵੇਗਾ ਇੱਧਰ ਵਕੀਲਾਂ ਵਾਲੇ ਦੀ ਟੀਮ ਜੋ ਹੈ ਉਹ ਇੱਧਰ ਦੇਖਾਂ ਵੀ ਛਿਪਦੇ ਵਾਲੀ ਸਾਈਡ ਫਿਰੋਜ਼ਪੁਰ ਵਾਲੀ ਸਾਈਡ ਕਹਾਂਗਾ ਔਰ ਦੂਜੇ ਪਾਸੇ ਧੂੜਕੋਟ ਦੀ ਜੋ ਟੀਮ ਹੈ ਤਲਵੰਡੀ ਭਾਈ ਵਾਲੇ ਪਾਸੇ ਚੜ੍ਹਦੇ ਵਾਲੇ ਪਾਸੇ ਕਹਾਂਗਾ ਧੂੜਕੋਟ ਦੇ ਮੰਤਰੀ ਵਰਗੇ ਸੀਰੇ ਵਰਗੇ ਜੱਗੇ ਵਰਗੇ ਜਿੰਦਰ ਵਰਗੇ ਖੇਡ ਮੈਦਾਨ ਦੇ ਵਿੱਚ ਪਹੁੰਚ ਚੁੱਕੇ ਨੇ ਬਹੁਤ ਹੀ ਤਕੜਾ ਮੈਚ ਕਬੱਡੀ ਦਾ ਸ਼ੁਰੂ ਹੋਣ ਜਾ ਰਿਹਾ ਹੈ ਉਧਰਲੇ ਬੰਨੇ ਗੁਰਤੇਜ ਸਿੰਘ ਜੀ ਸਰਪੰਚ ਵਲਟੋਹੇ ਵਾਲੇ ਆਖਦੇ ਨੇ ਵੀ ਅਮਨੇ ਨੂੰ ਵੀ ਜਿਹੜਾ ਸਪਲੈਂਡਰ ਮੋਟਰਸਾਈਕਲ ਹੈ ਉਹ ਵਲਟੋਹੇ ਦੀ ਧਰਤੀ ਤੇ ਦਿੱਤਾ ਜਾਣਾ ਹੈ ਪਹਿਲੀ ਕਬੱਡੀ ਧੂੜਕੋਟ ਦੀ ਤਰਫੋਂ ਪੈ ਚੁੱਕੀ ਹੈ ਇੱਕ ਬੰਨੇ ਬੂਈਆਂ ਵਾਲੇ ਦਾ ਸੁਖਦੇਵ ਹੈ ਦੂਸਰੇ ਬੰਨੇ ਰਘਵੀਰ ਸਿੰਘ ਲਾਡਾ ਕੈਨੇਡਾ ਦੀ ਧਰਤੀ ਤੇ ਖੇਡਿਆ ਹੈ ਸੁਖਦੇਵ ਸਿੰਘ ਜੀ ਸਿੱਧੂ ਨੇ ਬੁਲਟ ਮੋਟਰਸਾਈਕਲ ਦਿੱਤਾ ਹੈ ਪਾਣੀ ਪਹੁੰਚਦਾ ਕਰਦੋ ਜੀ ਗਰਾਊਂਡ ਦੇ ਵਿੱਚ ਪਹਿਲੀ ਜਿਹੜੀ ਕਬੱਡੀ ਗੁਰਮੇਲ ਸਿੰਘ ਦੀ ਹੈ ਖੇਡ ਮੈਦਾਨ ਦੇ ਵਿੱਚ ਤੱਕਾਂਗੇ ਵੱਖੋ ਵੱਖਰੀਆਂ ਟੀਮਾਂ ਤੇ ਵੱਖੋ ਵੱਖਰੇ ਨਜ਼ਾਰੇ ਆ ਭਾਰਾ ਸਰੀਰ ਹੈ ਰਘਵੀਰ ਸਿੰਘ ਲਾਡੇ ਦਾ ਚੱਲ ਵੀ ਨੌਜਵਾਨਾਂ ਭਾਵੇਂ ਦਾਸ ਪਾਵੇ ਰੇਡਾ ਪਾਵੇ ਪਾਵੇ ਇਕੱਲੀ ਕੈਰੀ ਗਿਆ ਸੀ ਕੈਨੇਡਾ ਨਾਮ ਮਿਲ ਗਿਆ
ਆ ਹੈਰੀ ਕਾਡੀ ਦਾ ਖਿਡਾਰੀ ਔਰ ਮਸਤ ਮਲੰਗ ਬੰਦਾ ਹੈ ਬੜਾ ਲਹਿਰੀ ਆ ਦੇਖਦੇ ਵੀ ਖੇਡ ਮੈਦਾਨ ਵਿੱਚ ਕਾਡੀ ਦਾ ਮਸਤ ਵਾਲਾ ਬੰਦਾ ਕਹਿੰਦੇ ਵੀ ਲਹਿਰੀ ਹੈ ਹਰਦਿਆਲ ਹਰਦਾਸੇ ਦੀ ਧਰਤੀ ਦਾ ਹਰਜੀਤ ਐਂਡ ਤਲਵਾਰ ਕਬੱਡੀ ਕਲੱਬ ਜਗਰਾਉਂਦ ਲਈ ਨੌਜਵਾਨ ਨੇ ਧੁੰਮਾਂ ਪਾਈਆਂ ਇੱਕ ਸਾਲ ਇੰਗਲੈਂਡ ਤੇ 2 ਸਾਲ ਕੈਨੇਡਾ ਦੀ ਧਰਤੀ ਤੇ ਵੱਖਰੇ ਜੇ ਨੌਜਵਾਨ ਨੇ ਆਪਣੀ ਕਬੱਡੀ ਦੀਆਂ ਗੱਲਾਂ ਕਰਵਾਈਆਂ ਛੋਟਾ ਵੀਰ ਵੀ ਕਬੱਡੀ ਦਾ ਸੁਪਰਸਟਾਰ ਹੈ ਮੇਰਾ ਵੀਰ ਸੁਖ ਅਰਦਾਸੇ ਦਾ ਸਾਧੂ ਸਿੰਘ ਨੂੰ ਮਾਣ ਮਿਲਿਆ ਪਹਿਲਾਂ ਆਪ ਕਬੱਡੀ ਖੇਡੀ ਉਧਰਲੇ ਬੰਨੇ ਇਸ ਨੌਜਵਾਨ ਦੇ ਪਿਤਾ ਨੇ ਵੀ ਕਬੱਡੀ ਬਹੁਤ ਤਕੜੀ ਖੇਡੀ ਹੈ ਰਘਵੀਰ ਸਿੰਘ ਲਾਡਾ ਲਾਜਾਫਾ ਦਿਲ ਦੇ ਵਿੱਚ ਖੁਸ਼ੀ ਦੇ ਪਲ ਮਹਿਸੂਸ ਕਰਦਾ ਹੋਇਆ ਬਾਅਦ ਵੀ ਨੌਜਵਾਨਾਂ ਅਗਲੀ ਕਬੱਡੀ ਪਾਉਣ ਦੇ ਲਈ ਜਿੱਥੇ ਲਾਡੇ ਨੇ ਬਹੁਤ ਸੋਹਣਾ ਜੱਫਾ ਮਾਰਿਆ ਉੱਥੇ ਉਹਦੇ ਵੀਰ ਨੇ ਕਬੱਡੀ ਪਾਉਣ ਦੇ ਲਈ ਤਿਆਰੀ ਕਰ ਦਿੱਤੀ ਹੈ ਸਾਡਾ ਵੀਰ ਦਲਜੀਤ ਪਤਨੀ ਵਾਲਾ ਉਹ ਵੀ ਵਿਸ਼ੇਸ਼ ਤੌਰ ਤੇ ਮੈਚਾਂ ਦਾ ਆਨੰਦ ਮਾਣਦਾ ਹੋਇਆ ਆ ਕੌਣ ਹੈ ਇਹ ਸੀਰਾ ਮੇਰੇ ਵੀਰੋ ਧੂੜਕੋੜੀਆ ਜਿਹੜਾ ਜੱਫਾ ਲਾਉਣ ਦੀ ਤਿਆਰੀ ਕਰਦਾ ਸੀ ਪਰ ਨੰਬਰ ਜੋ ਹੈ ਇਹ ਵਕੀਲਾਂ ਵਾਲਾ ਕੁਲਵੀਰ ਸਿੰਘ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਕੋਚਾਂ ਦੇ ਚੰਡੇ ਆ ਤਨ ਮਿੱਟੀ ਵਿੱਚ ਰਗੜਾਏ ਆ ਅਸੀਂ ਹੱਸ ਕੇ ਜਰਿਆ ਦਰਦਾਂ ਨੂੰ ਜਿਹੜੇ ਸਾਡੇ ਹਿੱਸੇ ਆਏ ਆ ਸੱਚ ਰਾਜ ਨਹੇੜੀ ਆਖ ਰਿਹਾ ਸਾਡੀ ਸਭ ਤੋਂ ਵੱਖ ਕਹਾਣੀ ਹੈ ਅਸੀਂ ਖੇਡਿਆ ਮਾਂ ਕਬੱਡੀ ਨੂੰ ਜਿਹੜੀ ਸਭ ਦੇ ਦਿਲਾਂ ਦੀ ਰਾਣੀ ਹੈ ਅਸੀਂ ਖੇਡਿਆ ਮਾਂ ਕਬੱਡੀ ਨੂੰ ਜਿਹੜੀ ਸਭ ਦੇ ਦਿਲਾਂ ਦੀ ਰਾਣੀ ਹੈ ਰੱਤੀ ਰੋਲੀ ਦਾ ਜਿੰਦਰ ਪੁਆਇੰਟ ਜੋੜਦਾ ਹੋਇਆ ਧੂੜਕੋਟ ਦੇ ਟੀਮ ਦੇ ਲਈ ਆਰ ਅਗਲੀ ਕਬੱਡੀ ਕਿ ਪਿਓ ਪਰ ਪੂਤ ਨਸਲ ਪਰ ਘੋੜਾ ਬਹੁਤਾ ਨਹੀਂ ਤਾਂ ਥੋੜਾ ਥੋੜਾ ਸਾਧੂ ਸਿੰਘ ਹਰਦਾਸੇ ਦੀ ਕਬੱਡੀ ਦਾ ਵਾਰਸ ਮੇਰੇ ਵੀਰੋ ਬਹਾਦਰ ਹਰਦਾਸੇ ਦੀ ਕਬੱਡੀ ਦਾ ਵਾਰਸ ਹੈ ਆਹ ਨੌਜਵਾਨ ਫਿਰੋਜ਼ਪੁਰੀਆ ਹਰਦਿਆਲ ਸਿੰਘ ਹੈਰੀ ਕਿ ਮੁੰਡਾ ਪਿੰਡ ਦਾ ਸੀ ਸ਼ਹਿਰ ਜਾ ਕੇ ਸ਼ਹਿਰੀ ਹੋ ਗਿਆ ਨਾ ਹਰਦਿਆਲ ਸਿੰਘ ਸੀ ਕੈਨੇਡਾ ਜਾ ਕੇ ਹੈਰੀ ਹੋ ਗਿਆ ਹਰਦਿਆਲ ਸਿੰਘ ਹੈਰੀ ਬਹੁਤ ਵਧੀਆ ਨੰਬਰ ਜੋ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਲਓ ਇਸ ਸਮੇਂ ਵਕੀਲਾਂ ਵਾਲੇ ਅਲੱਡਾ ਬਹੁਤ ਸੋਹਣਾ ਜੱਫਾ ਮਾਰਦਾ ਹੋਇਆ ਬਹੁਤ ਹੀ ਤਕੜਾ ਦੁਨੀਆਂ ਦਾ ਮਹਾਨ ਜਾਫੀ ਹੈ ਔਰ ਖੇਡ ਮੈਦਾਨ ਵਿੱਚ ਲਾਡੇ ਦਾ ਲੱਗਾ ਹੋਇਆ ਜਾਫਾ ਚੱਲ ਵੀ ਨੌਜਵਾਨਾਂ ਇਹ ਵੀ ਦੋ ਵੀਰ ਕੌਡੀ ਖੇਡਦੇ ਨੇ ਵੱਡੇ ਦਾ ਨਾਮ ਰਘਵੀਰ ਸਿੰਘ ਲਾਡਾ ਹੈ।